ਆਕਾਸ਼ ਫਾਨੀ ਕਵਰਨ ਵਿਕਾਸ ਸ਼ਰਮਾ ਕੋਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਆਜ ਵਿਕਸ਼ਿਤ ਭਾਰਤ ਸੰਕਰਪ ਯਾਤਰਾ ਦੇ ਲਾਭ ਆਤੀਆਂ ਕਰਨੇ ਗੱਲਬਾਤ ਕਰਨਗੇ ਮਾਲੀ ਨੀਮ ਕਾਇਦੇ ਲਾਗੂ ਕਰਵਾਨੇ ਸਰਵੰਦੀ ਨਿਰਦੇਸ਼ਾਲੇ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋ ਰਹੀਗੀ ਆਵਾਕਾਰੀ ਨੀਤੀ ਕੋਟਾਲੇ ਦੇ ਸਰਬੰਦਾ ਚ ਅੱਜ ਪੁਸ਼ਗੀਸ ਲਈ ਸਰਦਿਆਇਆ ਏਸ਼ੀਆ ਦਾ ਸਭਨੇਸ਼ਾ ਵੱਡਾ ਸ਼ਹਿਰੀ ਆਵਾਵਾਜੀ ਆਲਾ ਕਾਰਜਕਰਮ ਵਿੰਗਸ ਇੰਡੀਆ 2024 ਅਜੇ ਥਵਾ ਹਦਰਾਬਾਦ ਚ ਸ਼ੁਰੂ ਹੋਆ ਕਰਦਾ ਹੈ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਹੋਰੇ ਵਿਸ਼ਵ ਆਰਥਿਕ ਫੋਰਮ ਮੰਚ ਉਪਰ ਆਪਣੇ ਸੰਬੋਧਨ ਦੌਰਾਨ ਭਾਰਤ ਦੀ ਗੈਰ ਮਾਮੂਲੀ ਕਾਮਯਾਬੀ ਦੀ ਵਡਿਆਈ ਕੀਤੀ ਰਾਜੀਚ ਐਫ ਆਈ ਐਚ ਮਹਿਲਾ ਹਾਕੀ 올림픽 ਕੁਆਲੀਫਾਇਰ ਦੇ ਸੈਮੀਫਾਈਨਲ ਚ ਅਜ ਭਾਰਤ ਦਾ ਮੁਕਾਬਲਾ ਜਰਮਨੀ ਕਨੇਉਗ ਓਨ ਖਬਰਾਂ ਤਫਸੀਲ ਕਰਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਤੀਆਂ ਕਨੇ ਵੀਡੀਓ ਕਾਨਫਰੈਂਸ ਦੇ ਰਾਹੀਂ ਗੱਲਬਾਤ ਕਰਨਗੇ ਉਹ ਇਸ ਮੌਕੇ ਪਰ ਮੌਜੂਦ ਲੋਕਾਂ ਕੀ ਸੰਬੋਧਿਤ ਵੀ ਕਰਨਗਣ ਮੁਲਖ ਪਰੇ ਚ ਵਿਕਸ਼ਿਤ ਭਾਰਤ ਸੰਕਲਪ ਯਾਤਰਾ ਦੇ ਹਜ਼ਾਰਾਂ ਬੱਦੇ ਲਾਵਾਰਥੀ ਇਸ ਕਾਰਜਕਰਮ ਚ ਸ਼ਾਮਲ ਉੰਗਣ ਕੇਂਦਰੀ ਮੰਤਰੀ ਸੰਸਦ ਵਿਧਾਇਕ ਤੇ ਮਕਾਮੀ ਸਤਰ ਉਪਰ ਲੋਕਾਂ ਦੇ ਪ੍ਰਤੀਨਿਧੀ ਵੀ ਇਸ ਕਾਰਜਕਰਮ ਚ ਸ਼ਿਰਕਤ ਕਰਨਗਣ ਪਿਛਲੇ ਬਾਰੇ 15 ਨਵੰਬਰ ਕੀ ਵਿਕਸ਼ਿਤ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਦੇ ਬਾਅਦ ਥਵਾਂਗੇ ਪ੍ਰਧਾਨ ਮੰਤਰੀ ਔਰ ਨਿਯਮਿਤ ਰੂਪ ਕੰਨੇ ਲਾਵਾਰਥੀ ਕੰਨੇ ਗੱਲਬਾਤ ਕਰਦੇ ਰਹਿਣ ਮੁਲਖ ਪਰੇ ਚ ਚਲਾਈ ਜਾ ਕਰਦੀ ਇਸ ਯਾਤਰਾ ਦਾ ਮਕਸਦ ਕਿੰਦੀ ਸਰਕਾਰ ਦੀ ਪ੍ਰਮੁੱਖ ਯੋਜਨਾਵਾਂ ਦੀ ਜਾਣਕਾਰੀ ਤੇ ਲਾਹ ਸਮੇਂਬੱਧ ਟੰਗੇ ਕਰਨੇ ਯੋਗੇ ਲਾਵਾਤੀں ਤੱਕਰ ਪੁਜਾਨਾ ਹੈ ਵਿਕਸਿਤ ਭਾਰਤ ਸੰਕਲਪ ਯਾਤਰਾ ਚ ਇਸ ਹਾਲਿਆਨੇ ਆਲੇ ਲੋਕੀ ਦੀ ਗਿਣਤਰੀ 15 ਕਰੋੜ ਦੇ ਆਂਕੜੇ ਕੀ ਪਾਰ ਕਰੀ ਗਈ ਦੀ ਹੈ ਮਾਲੀ ਨੀਮ ਕਾਇਦੇ ਲਾਗੂ ਕਰਵਾਉਣੇ ਸਰਵੰਦੀ ਨਿਰਦੇਸ਼ਾਲੇ ਈਡੀ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰेंगी ਆਬਾਕਾਰੀ ਨੀਤੀ ਕੋਟਾ ਲੈਦੇ ਸਰਵੰਤਾ ਚ ਪੁਸ਼ਗੀਸ਼ ਲਈ ਸੱਦਿਆ ਹੈ ਨਿਰਦੇਸ਼ਾਲੇ ਨੇ 13 ਜਨਵਰੀ ਦੀ ਚੌਥਾ ਸਮਨ ਜਾਰੀ ਕੀਤਾ ਹ ਤੇ ਉਨੇਗੀ ਅੱਜ ਕੇਂਦਰੀ ਜਾਂਚ ਏਜੰਸੀ ਅੱਗੇ ਪੇਸ਼ ਹੋਣੇ ਲਈ ਆਖਿਆ ਹ ਰਵਿੰਦ ਕੇ ਜੀਵਾਲ ਦਿੱਲੀ ਆਵਾਕਾਰੀ ਨੀਤੀ ਕੋਟਾ ਲੇਦੇ ਸਰਵੰਦਾ ਚ ਪਰਵਰਤਨ ਨਿਰਦੇਸ਼ਾਲੇ ਆਸਿਆ ਲਗਾਤਾਰ ਜਾਰੀ ਕੀਤੇ ਗਏ ਦੇ ਸਮਨ ਦੇ ਬਾਵਜੂਦ ਜਾਂਚ ਏਜੰਸੀ ਅੱਗੇ ਪੇਸ਼ ਨਹੀਂ ਹੋਏ ਆਮ ਆਦਮੀ ਪਾਰਟੀ ਦੇ ਪ੍ਰਮੁਖ ਤੇ ਦਿੱਲੀ ਦੇ ਮੁੱਖ ਮੰਤਰੀ ਉੰਦੇ ਖਿਲਾਫ ਇਹ ਮਾਮਲਾ ਕੇਂਦਰੀ ਜਾਂਚ ਵਿਰੋਧੀ ਐਫ ਆਈ ਆਰ ਉੱਪਰ ਅਧਾਰਿਤ ਹੈ ਐਫ ਆਈ ਆਰ ਚ ਆਵਾਕਾਰੀ ਨੀਤੀ ਬਣਾਉਣੇ ਤੇ ਉਸ ਦੀ ਲਾਗੂ ਕਰਨੇ ਚ ਫਰਕੋ ਫਰਕੀ ਦਾ આરોਪ ਲਾਇਆ ਗਿਆ ਹ ਮਗਰਾਂ ਇਹ ਨੀਤੀ ਵਾਪਸ ਲਈ ਲੈਤੀ ਗਈ ਹੀ ਏਸ਼ੀਆ ਚ ਅਜੇ ਤੱਕ ਦੇ ਸਭਨੇ ਸ਼ਾਭਦੇ ਸ਼ੈਰੀ ਆਵਾਵਾਜੀ ਆਲੇ ਆਯੋਜਨ ਵਿੰਗਸ ਇੰਡੀਆ 2024 ਦਾ ਅੱਜ ਹਦਰਾਬਾਦ ਦੇ ਬੇਗਮਪੇਟ ਵਾਈ ਅੱਡੇ ਉੱਪਰ ਸ਼ੁਭ ਆਰੰਭ ਹੋਗ ਸ਼ੈਰੀ ਆਵਾਵਾਜੀ ਆਲੇ ਮੈਕਨੇ ਦੇ ਕੇਂਦਰ ਮੰਤਰੀ ਜੋਤੀਰਾ ਦਿੱਤੇ ਸਿੰਧਿਆ ਔਰ ਚੌ ਦਿਨੇ ਦੇ ਇਸ ਆਯੋਜਨ ਦੀ ਸ਼ੁਰੂ ਕਰਵਾੰਗਨ ਭਾਈ ਅਡੇ ਸਰਬੰਦੀ ਭਾਰਤੀ ਪਰਾਦੀਕਰਨ ਆਸਿਆ ਸ਼ੈਰੀ ਆਵਾਵਾਜੀ ਮੰਤਰਾਲੇ ਤੇ ਭਾਰਤੀ ਉਦਯੋਗ ਮੰਡਲ ਪਰਿਸੰਘ ਠੀਕੀ ਦੇ ਸਹਿਯੋਗ ਕਨੇ ਇਸ ਕਾਰਜਕਰਨ ਦਾ ਆਯੋਜਨ ਕੀਤਾ ਜਾ ਕਰਦਾ ਹੈ ਵਿੰਕਸ ਇੰਡੀਆ ਦੇ ਦੌਰਾਨ ਨਵੀਂ ਪੀੜੀ ਦੇ ਜਾਜੇ ਦੇ ਪ੍ਰਦਰਸ਼ਨ ਦੇ ਕਨੋਂ ਕੰਨੀ ਉਹ ਨੇ ਸਰਬੰਧੀਤ ਸੇਵਾਏ ਸਹਾਇਕ ਉਦਯੋਗ ਤੇ ਸੈਲ ਸਫਾ ਖੇਤਰ ਦੀ ਪ੍ਰਗਤੀ ਕੀ ਦਰਸਾਇਆ ਜਾਗ 100 ਸ਼ਾਮਤੇ ਮੁਲਕਾਂ ਦੇ 1.5000 ਸ਼ਾਮਤੇ ਪ੍ਰਤੀਨਿਧੀ ਤੇ 5000 ਕਾਰੋਬਾਰੀ ਪ੍ਰਤੀਨਿਧੀਆਂ ਦੇ ਇਸ ਕਾਰਜਕ੍ਰਮ 'ਚ ਹਿੱਸਾ ਲੈਣ ਦੀ ਉਮੀਦ ਹੈ। 1 ਲੱਖ ਥਾਵਾਂ ਮਤੇ ਦਰਸ਼ਕ ਵੀ ਇਸ ਕਾਰਜਕ੍ਰਮ 'ਚ ਸ਼ਾਮਲ ਹੋਣਗੇ ਤੇ ਇਹ ਇਸ ਮਹੀਨੇ ਦੀ 21 ਤਰੀਕ ਤੱਕ ਚੱਲੋਗ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਕੱਲ ਕੇਰਲ ਦੇ ਕੋਚੀ 'ਚ 4000 ਕਰੋੜ ਰੁਪਏ ਸ਼ਾਮਤ ਮੁੱਲੇ ਦੀਆਂ ਤਰੇਹ ਵੱਡੀਆਂ ਟਾਂਚਾਗਤ ਪ੍ਰੋਜੈਕਟਾਂ ਰਾਸ਼ਟਰੀ ਸਮਰਪਿਤ ਕੀਤੀਆਂ ਇਨੀਆਂ ਪ੍ਰੋਜੈਕਟਾਂ 'ਚ ਕੋਚਿੰਗ ਸ਼ਿਪਯਾਰਡ 'ਚ ਸਮੁੰਦਰੀ ਜਾਜੇ ਦੀ ਮਰੰਮਤੀ ਵਾਲੀ ਅੰਤਰਰਾਸ਼ਟਰੀ ਸੁਵਿਧਾ ਨਵੀਂ ਡਰਾਈ ਡੌਕ ਵਾਲੀ ਸੁਵਿਧਾ ਤੇ ਪੁੱਥੂ ਵੇਪੀਨੀ 'ਚ ਇੰਡੀਆ ਔਇਲ ਕਾਰਪੋਰੇਸ਼ਨ ਦੇ ਐਲ ਪੀ ਜੀ ਆਯਾਤ ਟਰਮੀਨਲ ਵਾਲੀਆਂ ਪ੍ਰੋਜੈਕਟਾਂ ਸ਼ਾਮਲ ਨੇ ਉਦਗਟਨ ਪ੍ਰੰਤ ਆਪਣੀ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਹੋਰੇ ਆਖਿਆ ਜੀ ਸਮੁੰਦਰੀ ਜਾਂ ਜਿੰਦੀ ਮਰੰਮਤੀ ਆਲੀ ਅੰਤਰਰਾਸ਼ਟਰੀ ਸੁਵਿਧਾ ਦੇ ਰਾਏ ਭਾਰਤ ਸਮੁਲਚੇ ਏਸ਼ੀਆ ਖੇਤਰੀ ਚ ਸਮੁੰਦਰੀ ਜਾਂ ਜਿੰਦੀ ਮਰੰਮਤ ਆਲਾ ਇੱਕ ਵੱਡਾ ਕੇਂਦਰ ਬਣੀ ਜਾਗ ਉਹਨੇ ਆਖਿਆ ਜੀ ਇਨੇ ਪ੍ਰੋਜੈਕਟਾਂ ਦੇ ਰਾਏ ਮੁਲਕੇ ਦੇ ਦੱਖਣੀ ਹਿੱਸੇ ਚ ਵਿਕਾਸ ਦੀ ਬਲ ਮਿਲੋਗ ਇਹ ਖਬਰਾਂ ਤੁਸ ਆਕਾਸ਼ਵਾਨੀ ਉਪਰਾ ਸੁਣਾ ਕਰ ਦਿਓ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਹੋਰੇ ਭਾਰਤ ਦੀ ਆਧੁਤ ਸਧਾਰਨ ਕਾਮਯਾਬੀਆਂ ਦੀ ਬੜਾਈ ਕੀਤੀ ਹੈ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਬੈਠਕ ਹੀ ਸੰਬੋਧਿਤ ਕਰਦੇ ਹੋਏ ਉਹਨੇ ਭਾਰਤੀ ਜਨਤਾ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੰਦੀ ਨੀਤੀਆਂ ਤੇ ਕਾਰਜਕ੍ਰਮੇ ਦੇ ਸਕਾਰਾਤਮਕ ਪ੍ਰਭਾਵ ਦਾ ਜ਼ਿਕਰ ਕੀਤਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੰਦੇ ਵਿਚਕਾਰ ਨਿੱਘੇ ਰਿਸ਼ਤਿਆਂ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਬਲਿੰਕਨ ਉਹਨੇ ਆਖਿਆ ਜੇ ਉੰਦੀ ਗੱਲਬਾਤ 'ਚ ਦੋਨੇ ਮੁਰਖੇ ਦੇ ਮਜ਼ਬੂਤ ਸਰਬੰਧੇ ਸਨ ਵਿਆਪਕ ਮੁੱਦਿਆਂ 'ਤੇ ਸੋਚ ਵਿਚਾਰ ਹੁੰਦਾ ਆ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਬਾਈਡਨ ਉੰਦੇ ਮਜਾਤੇ ਨਿਮਿਤ ਤੋਰਾ 'ਤੇ ਦਪੱਖੀਆ ਬੈਠਕਾਂ ਤੇ ਮਤੇ ਸਤਰੀਆਂ 'ਤੇ ਕਾਰਜਕ੍ਰਮੇ ਕੰਨੇ ਵਖ ਬੀ ਸੋਚ ਵਿਚਾਰ ਹੁੰਦਾ ਰਿਹਾ ਹੈ ਸਰਕਾਰੇ ਭਾਰਤੀ ਸਟੈਂਪ ਵਿਧੇਕ 2030 ਦੇ ਮਸੂਦੇ ਉਪਰ ਸੁਝਾਅ ਮੰਗੇ ਨੇ ਲੋਕਾਂ ਨੂੰ 30 ਦਿਨਾਂ ਦੇ ਅੰਦਰ-ਅੰਦਰ ਆਪਣੇ ਸੁਝਾਅ ਦੇਣੇ ਲਈ ਆਖਿਆ ਗਿਆ ਹੈ ਕੇਂਦਰੀ ਖਜ਼ਾਨਾ ਮੰਤਰਾਲੇ ਨੇ ਆਖਿਆ ਜੇ ਰਾਜਸਵ ਵਿਭਾਗ ਨੇ ਮੌਜੂਦਾ ਸਟੈਂਪ ਕਰ ਵਿਵਸਥਾ ਦੇ ਮੁਤਾਬਕ ਭਾਰਤੀ ਸਟੈਂਪ ਵਿਧੇਕ ਦਾ ਮਸੂਦਾ ਤਿਆਰ ਕੀਤਾ ਹੈ ਪਾਸ ਹੋਈ ਜਾਣੇ ਉਪਰ ਇਹ ਵਿਧੇਕ ਭਾਰਤੀ ਸਟੈਂਪ ਕਾਨੂੰਨ 1800 ਨੇੜੀ ਨੂੰਹੇ ਦੀ ਥਾਰ ਲਈ ਲੈਗ ਮੰਤਰਾਲੇ ਨੇ ਆਖਿਆ ਜੇ ਆਧੁਨਿਕ ਸਟੈਂਪ ਕਰ ਬਵਸਤਾ ਦੇ ਮੁਜਬ ਬਣਾਉਣੇ ਲਈ ਸਮੇ ਸਮੇ ਉਪਰ ਕਾਨੂੰਨ ਚ ਸੰਸ਼ੋਧਨ ਕੀਤਾ ਗਿਆ ਹੈ ਵਿਦੇਸ਼ ਮੰਤਰਾਲੇ ਨੇ ਆਖਿਆ ਜੇ ਈਰਾਨ ਆਸਿਆ ਪਾਕਿਸਤਾਨ ਚ ਕੀਤੇ ਗਏ ਦੇ ਵਾਈ ਅਮਲੇ ਈਰਾਨ ਤੇ ਪਾਕਿਸਤਾਨ ਦੇ ਵਿਚਕਾਰ ਦਾ ਮਾਮਲਾ ਨੇ ਇਨੇ ਵਾਈ ਅਮਲੇ ਦੇ ਸਰਬੰਦੇ ਚ ਮੀਡੀਆ ਦੇ ਸਵਾਲਿਆਂ ਉਪਰ ਪ੍ਰਤੀਕਿਰਿਆ ਦਿੰਦੀ ਹੋਈ ਵਿਦੇਸ਼ ਮੰਤਰਾਲੇ ਦੇ ਬਰਵਾਖਤਾ ਰਣਦੀਰ ਜੈਸਵਾਲ ਉਰੇ ਆਖਿਆ ਜੇ ਜਿੱਥੇ ਤੋਂੜੀ ਭਾਰਤ ਦਾ ਸਰਬੰਧ ਹੈ ਤਾਂ ਭਾਰਤ ਨੇ ਆਤੰਗਵਾਦ ਦੀ ਬਿੰਦੂ ਵੀ ਬਰਦਾਸ਼ਤ ਨਹੀਂ ਕਰਨ ਦੀ ਨੀਤੀ ਅਪਣਾਈ ਦੀ ਹੈ ਉਹਾਂ ਉਹਨੇ ਇੱਬੀ ਆਖਿਆ ਜੇ ਮੁਲਕੇ ਆਸਿਆ ਆਤਮ ਰੱਖਿਆ ਲਈ ਕੀਤੇ ਜਾਣੇ ਆਲੀ ਕਾਰਵਾਈ ਗਈ ਭਾਰਤ ਖਰੀ ਚਾਲੀ ਸਮਝਦਾ ਹੈ ਪੈਨਸ਼ਨ ਫੰਡ ਰੈਗੂਲੇਟਰੀ ਤੇ ਡਿਵੈਲਪਮੈਂਟ ਅਥਾਰਟੀ ਪਫਰਡਾ ਨੇ ਪੁਆਇੰਟ ਆਫ ਪਰਜ ਬਿਨਿਯਮ ਕੀ ਐਨਪੀਐਸਸੀ ਚ ਇਕਲ ਪੰਜੀਕਰਨ ਦੀ ਸੁਵਿਧਾ ਪ੍ਰਦਾਨ ਕਰਨ ਲਈ ਅਦिसूचित ਕੀਤਾ ਹੈ ਇਹਦੇ ਤਹਿਤ ਐਨਪੀਐਸ ਖਾਤਾਧਾਰਕ ਨਿਰਦੇਸ਼ਿਤ ਸੰਸਥਾਨਾਂ ਵਿੱਚ ਪंजीकरण ਅਨਸ਼ਦਾਨ ਤੇ ਲੈਣ-ਦੇਣ ਕਰੀ ਸਕਦੇ ਨੇ ਖਜ਼ਾਨਾ ਮੰਤਰਾਲੇ ਨੇ ਆਖਿਆ ਜੇ ਵਪਾਰ ਕਰਨੇ ਕੀ ਸਖਲਾ ਬਣਾਨੇ ਤੇ ਡਿਜੀਟਲ ਪ੍ਰਣਾਲੀ ਕੀ ਸੋਖਾ ਬਣਾਇਆ ਗਿਆ ਹੈ FIH ਮੇਲਾ ਆਕੀ 올림픽 ਕੁਆਲੀਫਾਇਰ ਟੂਰਨਾਮੈਂਟ ਦੇ ਸੈਮੀਫਾਈਨਲ ਚ ਅੱਜ ਰਾਤੀ ਚ ਭਾਰਤੀ ਮੇਲਾ ਆਕੀ ਟੀਮ ਦਾ ਮੁਕਾਬਲਾ ਜਰਮਨੀ ਕੰਨੇ ਹੋਗ ਮੰਗਲਵਾਰ ਦੀ ਅਖੀਰੀ ਗਰੁੱਪ ਮੁਕਾਬਲੇ ਚ ਭਾਰਤੀ ਟੀਮ ਨੇ ਇਟਲੀ ਕੀ 5-1 ਕੰਨੇ ਰਾਈਏ ਸੈਮੀਫਾਈਨਲ ਚ ਥਾਰ ਬਣਾਈ ਹੀ ਸੈਮੀਫਾਈਨਲ ਚ ਜਿੱਤ ਕੰਨੇ ਭਾਰਤ ਪੈਰਿਸ 올림픽ਸ 2024 ਲਈ ਖੇਡਣੇ ਵਾਲੀ ਟੀਮੇ ਦਾ ਹਿੱਸਾ ਬਣੀ ਜਾਗ ਜਰਮਨੀ ਕੰਨੇ ਪਰ ਦਾ ਮੈਚ ਭਾਰਤੀ ਸਮੇਂ ਮੁਤਾਬਕ ਸੰਜਾ 7:30 ਵਜੇ ਹੋਗ ਕ੍ਰਿਕਟ ਵਿੱਚ ਭਾਰਤ ਨੇ ਅਫਗਾਨਿਸਤਾਨ ਦੀ ਟੀਮ 'ਦੀ ਬੈਂਗਲੁਰੂ ਦੇ ਐਮ ਚੀਨਾ ਸੁਆਮੀ ਸਟੇਡੀਅਮ 'ਚ ਸੁਪਰ ਓਵਰ 'ਚ 10 ਰੰਝੇ ਕੰਨੇ ਜਿੱਤ ਆਸਲ ਕੀਤੀ ਹੈ ਸੁਪਰ ਓਵਰ 'ਚ ਭਾਰਤ ਨੇ ਦੋ ਵਿਕਟਾਂ ਮੁਹਾਈਏ 11 ਰੰਝ ਬਣਾਏ ਜਿੱਲੇ ਕੇ ਅਫਗਾਨਿਸਤਾਨ ਨੇ ਦੋ ਵਿਕਟਾਂ ਦੇ ਨੁਕਸਾਨ ਉਪਰ ਇੱਕ ਰੰਝ ਕੇ ਬਣਾਇਆ ਇਹਦੇ ਥਾਂ ਪਹਿਲੇ ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ਉਪਰ ਤੈਸ਼ੂ ਦਾ 20 ਓਵਰ 'ਚ 212 ਰੰਝ ਬਣਾਏ ਇਦੇ ਜਵਾਬ ਵਿੱਚ ਅਫਗਾਨਿਸਤਾਨ ਨੇ 6 ਵੀਕਟਾਂ ਦੇ ਨੁਕਸਾਨ ਉੱਪਰ ਇੰਨੇਗੇ ਰੰਝ ਬਣਾਏ ਭਾਰਤ ਨੇ ਪਹਿਲੇ ਗੇ ਸ਼੍ਰੇਣਕਲਾ 'ਚ 2 0 ਕਰਨੇ ਬੜਤ ਬਣਾਈ ਦੀ ਹੁਣ ਭਾਰਤ ਨੇ ਇਸ ਜਿੱਤ ਕਰਨੇ ਸ਼੍ਰੇਣਕਲਾ ਦੀ ਪੂਰੀ ਚਾਲੀ ਆਪਣੇ ਨਾਂ ਕਰਦੇ ਹੋਈ 3 0 ਕਰਨੇ ਇਸ ਸ਼੍ਰੇਣਕਲਾ ਦੀ ਜਿੱਤੀ ਲਤਾਇਆ ਅਖੀਰ ਚ ਖਾਸ ਖਾਸ ਖਬਰਾਂ ਇੱਕ ਵਾਰੀ ਪਰਤੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅਜ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਠੀ ਕਰਨੇ ਗੱਲਬਾਤ ਕਰਨਗਣ ਮਾਲੀ ਨੀਮ ਕਾਇਦੇ ਲਾਗੂ ਕਰਵਾਨੇ ਸਰਵੰਧੀ ਨਿਰਦੇਸ਼ਾਲੇ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋ ਰਹੀਗੀ ਆਵਾਕਾਰੀ ਨੀਤੀ ਕੋਟਾ ਦੇ ਸਰਵੰਤਾ ਚ ਅੱਜ ਪੁਸ਼ ਗਿਸ਼ ਲਈ ਸੱਦੇ ਆਇਆ। ਏਸ਼ੀਆ ਦਾ ਸਭਨੇ ਸ਼ਾ ਵੱਡਾ ਸ਼ਹਿਰੀ ਆਵਾਵਾਜੀ ਆਲਾ ਕਾਰਜਕਰਮ ਵਿੰਸ ਇੰਡੀਆ 2024 ਅੱਜੇ ਥਵਾ ਐਧਰਾਵਾਲ ਚ ਸ਼ੁਰੂ ਹੋਆ ਕਰਦਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਹੋਰੇ ਵਿਸ਼ਵ ਆਰਥਿਕ ਫੋਰਮ ਮੰਚ ਉਪਰ ਆਪਣੇ ਸੰਬੋਧਨ ਦੌਰਾਨ ਭਾਰਤ ਦੀ ਗੈਰ ਮਾਮੂਲੀ ਕਾਮਯਾਬੀ ਦੀ ਬੜਾਈ ਕੀਤੀ ਤੇ ਰਾਚੀ ਚ ਐਫ ਆਈ ਐਚ ਮਹਿਲਾ ਹਾਕੀ 올림픽 ਕੁਆਲੀਫਾਇਰ ਦੇ ਸੈਮੀਫਾਈਨਲ ਚ ਅੱਜ ਭਾਰਤ ਦਾ ਮੁਕਾਬਲਾ ਜਰਮਨੀ ਕੰਨੇ ਉਹ ਗ ਇਹਦੇ ਕੰਨੇਗੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ